ਅਦਰਕ 300 ਰੁਪਏ ਕਿਲੋ ਤੇ ਮਟਰ 200 ਰੁਪਏ ਕਿਲੋ। ਪਿਆਜ਼ ਦੇ ਰੇਟ ਵੀ 100 ਰੁਪਏ ਕਿਲੋ ਤੱਕ ਪਹੁੰਚ ਰਹੇ ਨੇ। ਜੀ ਹਾਂ, ਹੁਣ ਇਹ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਛੂਹਣ ਲੱਗੀਆਂ ਨੇ ਤੇ ਲੋਕਾਂ ਦਾ ਲੱਕ ਟੁੱਟ ਗਿਆ ਹੈ ਮਹਿੰਗਾਈ ਦੇ ਨਾਲ, ਜਿਸ ਕਰਕੇ ਲੋਕ ਡਾਢੇ ਪਰੇਸ਼ਾਨ ਨੇ। ਤਸਵੀਰਾਂ ਨਾਭਾ ਦੀ ਸਬਜ਼ੀ ਮੰਡੀ ਦੀਆਂ ਨੇ, ਜਿੱਥੇ ਲੋਕਾਂ ਦੀ ਚਹਿਲ ਪਹਿਲ ਤਾਂ ਨਜ਼ਰ ਆ ਰਹੀ ਹੈ, ਪਰ ਲੋਕ ਪਰੇਸ਼ਾਨ ਵੀ ਨੇ ਕਿਉਂਕਿ ਇੱਥੇ ਸਬਜ਼ੀਆਂ ਦੀਆਂ ਕੀਮਤਾਂ ਦੇ ਵਿੱਚ ਕਾਫੀ ਵਾਧਾ ਹੋ ਚੁੱਕਿਆ ਹੈ। ਲੋਕਾਂ ਦੇ ਘਰਾਂ ਵਿੱਚ ਆਮ ਸਬਜ਼ੀਆਂ ਜੋ ਰਹਿੰਦੀਆਂ ਨੇ, ਪਿਆਜ਼ ਟਮਾਟਰ ਤੱਕ ਵੀ ਮਹਿੰਗੇ ਹੋ ਗਏ ਨੇ ਤੇ ਲੋਕ ਕਹਿੰਦੇ ਨੇ ਕਿ ਹੁਣ ਘਰ ਦਾ ਗੁਜ਼ਾਰਾ ਚਲਾਉਣਾ ਵੀ ਔਖਾ ਹੋ ਗਿਆ। ਤਨਖਾਹਾਂ ਦੇ ਵਿੱਚ ਵਾਧਾ ਨਹੀਂ ਹੁੰਦਾ, ਪਰ ਇੱਥੇ ਮਹਿੰਗਾਈ ਦਿਨੋ ਦਿਨ ਵੱਧਦੀ ਜਾ ਰਹੀ ਹੈ, ਜਿਸ ਕਰਕੇ ਲੋਕਾਂ ਦੇ ਜੇਬ ਤੇ ਆਰਥਿਕ ਬੋਝ ਵੱਧ ਰਿਹਾ ਹੈ, ਜਿਸ ਕਰਕੇ ਲੋਕ ਡਾਢੇ ਪਰੇਸ਼ਾਨ ਨੇ। ਦਿਨੋ ਦਿਨ ਮਹਿੰਗਾਈ ਵੱਧ ਰਹੀ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਘਟਣ ਦੀ ਬਜਾਏ ਹੋਰ ਵੱਧਦੀ ਜਾ ਰਹੀ ਹੈ, ਜਿਸ ਵੱਲ ਸਰਕਾਰਾਂ ਦਾ ਵੀ ਧਿਆਨ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਪਿਆਜ਼ ਦੇ ਰੇਟਾਂ ਦੇ ਵਿੱਚ ਵੀ ਉਛਾਲ ਆ ਰਿਹਾ ਹੈ ਤੇ ਇਸੇ ਤਰ੍ਹਾਂ ਹੀ ਬਾਕੀ ਸਬਜ਼ੀਆਂ ਵੀ ਮਹਿੰਗੀਆਂ ਹੋ ਰਹੀਆਂ ਨੇ। ਇੱਕ ਪਾਸੇ ਪੈਟਰੋਲ ਡੀਜ਼ਲ ਦੇ ਵਧੇ ਹੋਏ ਰੇਟ ਤੇ ਦੂਜੇ ਪਾਸੇ ਲਗਾਤਾਰ ਪੈ ਰਹੀ ਬਰਸਾਤ ਦੇ ਨਾਲ ਖਰਾਬ ਹੋ ਰਹੀਆਂ ਸਬਜ਼ੀਆਂ ਅਤੇ ਫਸਲਾਂ ਦੇ ਨਾਲ ਇੱਥੇ ਹੁਣ ਸਬਜ਼ੀਆਂ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਧਾ ਕੀਤਾ ਜਾ ਰਿਹਾ ਹੈ, ਜਿਸ ਕਰਕੇ ਆਮ ਲੋਕ ਹੁਣ ਸਬਜ਼ੀ ਨਹੀਂ ਖਰੀਦ ਪਾ ਰਹੇ ਨੇ। ਸਬਜ਼ੀਆਂ ਦੀਆਂ ਕੀਮਤਾਂ ਨੇ ਹੀ ਲੋਕਾਂ ਦੇ ਬਜਟ ਨੂੰ ਹਿਲਾ ਕੇ ਰੱਖ ਦਿੱਤਾ ਹੈ ਤੇ ਲੋਕ ਗੁਹਾਰ ਲਗਾ ਰਹੇ ਨੇ ਕਿ ਮਹਿੰਗਾਈ ਘੱਟ ਕੀਤੀ ਜਾਏ, ਘੱਟੋ ਘੱਟ ਘਰੇਲੂ ਮੁੱਢਲੀਆਂ ਚੀਜ਼ਾਂ ਦੇ ਰੇਟ ਤਾਂ ਘਟਾਏ ਜਾਣ। ਆਮ ਆਦਮੀ ਦੀ ਰੋਟੀ ਤਾਂ ਬਿਲਕੁਲ ਹੀ ਮੁਸ਼ਕਲ ਹੋਈ ਵੀ ਹੈ ਜੀ। ਕੇਂਦਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ, ਦੋਵੇਂ ਮਹਿੰਗਾਈ 'ਚ ਆਪਣਾ ਆਪਣਾ ਯੋਗਦਾਨ ਬਰਾਬਰ ਪਾ ਰਹੀਆਂ ਨੇ। ਹੁਣ ਟਮਾਟਰ ਇਹ ਲਾਓ, ਇਹ ਵੀ 40-50 ਰੁਪਏ ਤੋਂ ਉੱਪਰ ਫਿਰ ਰਿਹਾ। ਪਿਆਜ਼ ਹੈ ਉਹ 50-60 ਤੋਂ ਉੱਪਰ ਫਿਰ ਰਿਹਾ। ਮਤਲਬ ਜੇ ਲਾਈਏ ਸੇਬ ਅਤੇ ਪਿਆਜ਼ ਦਾ ਟਮਾਟਰ ਦਾ ਰੇਟ ਇੱਕੋ ਜਿਹਾ ਹੋਇਆ ਹੈ। ਸੇਬ ਵੀ ਉਸੇ ਰੇਟ ਮਿਲ ਸਕਦਾ, ਟਮਾਟਰ ਪਿਆਜ਼ ਵੀ ਉਸੇ ਰੇਟ ਮਿਲ ਸਕਦਾ। ਹੁਣ ਤੜਕਾ ਲਾਉਣ ਨੂੰ ਤਾਂ ਪਿਆਜ਼ ਟਮਾਟਰ ਦੀ ਲੋੜ ਹੈ, ਸੇਬ ਦੀ ਤਾਂ ਨਹੀਂ। ਤੋ ਮਤਲਬ ਆਮ ਆਦਮੀ ਦੀ ਥਾਲੀ ਬਿਲਕੁਲ ਖਾਲੀ ਹੁੰਦੀ ਜਾ ਰਹੀ ਹੈ। ਸਰਕਾਰ ਕੁਛ ਵੀ ਨਹੀਂ ਕਰ ਰਹੀ। ਹੁਣ ਪੈਟਰੋਲ ਵੀ ਵਧਾਤਾ, ਬਿਜਲੀ ਵੀ ਵਧਾਤੀ, ਡੀਜ਼ਲ ਵੀ ਵਧਾਤਾ, ਇਹ ਸਾਰਾ ਕੁਛ ਗਰੀਬਾਂ 'ਤੇ ਹੀ ਪੈਣਾ, ਆਮ ਆਦਮੀ 'ਤੇ ਹੀ ਪੈਣਾ। ਇਹਨਾਂ ਦੀ ਮੁਸ਼ਕਲਾਂ ਦਿਨ ਪ੍ਰਤੀ ਦਿਨ ਵੱਧ ਰਹੀਆਂ। ਸਰਕਾਰ ਨੂੰ ਸੋਚਣਾ ਚਾਹੀਦਾ। ਵੱਡੇ ਘਰਾਂ ਦੇ ਕੰਮ ਚੱਲ ਜਾਂਦੇ ਹੈ, ਲੇਕਿਨ ਛੋਟੇ ਘਰਾਂ ਨੂੰ ਪਾਣੀ ਨਾਲ ਰੋਟੀ ਖਾਣੀ ਜ਼ਰੂਰੀ ਹੋ ਗਈ। ਹੁਣ ਪਿਆਜ਼ ਦਾ ਜਿਹੜਾ ਅਸਰ ਹੈਗਾ, ਪਿੱਛੋਂ ਫਸਲ ਹੀ ਘੱਟ ਹੈ ਔਰ ਕੁਛ ਬਰਸਾਤਾਂ ਕਰਕੇ ਮਾਲ ਘੱਟ ਆ ਰਿਹਾ, ਇਸ ਕਰਕੇ ਪਿਆਜ਼ ਮਾਰਕੀਟ 'ਚ ਤੇਜ਼ ਚੱਲ ਰਿਹਾ। ਅੱਜ ਦੀ 50 ਤੋਂ ਲੈ ਕੇ 60 ਜੀ, ਜਿਸ ਤਰ੍ਹਾਂ ਅੱਜ ਦਾ ਹਾਲਾਤ ਚੱਲ ਰਹੇ ਨੇ, ਜਦ ਤੱਕ ਨਵਾਂ ਪਿਆਜ਼ ਨਹੀਂ ਆਉਂਦਾ ਜਦ ਤੱਕ ਪਿਆਜ਼ ਦੀ ਤੇਜ਼ੀ ਰਹੇਗੀ, 65 ਤੱਕ ਜਾ ਸਕਦਾ। ਮਾਰਕੀਟ ਪਿੱਛੋਂ ਹੈਗੀ ਆ ਤੇਜ਼, ਬਾਰਿਸ਼ਾਂ ਕਰਕੇ ਪਿਆਜ਼ ਹੈਗਾ ਘੱਟ ਔਰ ਮਾਲ ਦੀ ਆਵਾਜਾਈ ਘੱਟ ਹੋ ਰਹੀ ਹੈ ਔਰ ਖਰੀਦ ਜ਼ਿਆਦਾ ਹੋ ਰਹੀ ਹੈ, ਮਾਰਕੀਟ ਦੀ ਡਿਮਾਂਡ ਜ਼ਿਆਦਾ ਇਸ ਦੀ। ਇਹ ਸਬਜ਼ੀ ਦਾ ਹੁਣ ਕੋਈ ਵੀ ਕੰਟਰੋਲ ਰੇਟ ਨਹੀਂ ਹੋ ਸਕਦਾ, ਇਹ ਕਿਸੇ ਦੇ ਹੱਥ 'ਚ ਨਹੀਂ ਹੈਗਾ। ਪਿੱਛੋਂ ਮਾਰਕੀਟ ਦੇ ਹਿਸਾਬ ਨਾਲ ਹੀ ਇੱਥੇ ਮਾਲ ਦਾ ਰੇਟ ਖੁੱਲਦਾ ਹੈਗਾ। ਹਰੇਕ ਸਬਜ਼ੀ, ਕੁਛ ਤਾਂ ਬਾਰਿਸ਼ਾਂ ਨੇ ਸਬਜ਼ੀਆਂ ਖਤਮ ਕਰਤੀਆਂ, ਕੁਛ ਲੋਕ ਅੱਜ ਕੱਲ੍ਹ ਜੀਰੀਆਂ ਦੇ ਚਾਵਾਨ ਜ਼ਿਆਦਾ ਨੇ, ਸਬਜ਼ੀਆਂ ਬਾਈ ਜਾਂਦੇ ਨੇ, ਜੀਰੀਆਂ ਲਾਈ ਜਾਂਦੇ ਨੇ, ਸਬਜ਼ੀ ਆਇਆ ਨਹੀਂ ਉਹ ਸਮਾਨਾਂ ਨੂੰ ਚੜੀ ਜਾਂਦੀਆਂ ਨੇ। ਜਿਹੜੇ ਪਹਾੜੀ ਸਬਜ਼ੀਆਂ ਨੇ ਉਹ ਸਬਜ਼ੀਆਂ ਘੱਟ ਨੇ, ਥੋੜੀਆਂ ਹੁੰਦੀਆਂ ਨੇ, ਖਾਣ ਵਾਲੇ ਜ਼ਿਆਦਾ ਹੁੰਦੇ ਨੇ, ਇਸ ਕਰਕੇ ਸਬਜ਼ੀ ਦੀ ਤੇਜ਼ੀ ਪੱਕੀ ਹੀ ਤੇਜ਼ੀ ਤੇਜ਼ੀ ਹੋ ਰਹਿਣੀ ਹੈ। ਪਿਆਜ਼ ਜਿਹੜੀ ਪਹਾੜੀ ਸਬਜ਼ੀ ਨੇ